ਕਹਿੰਦਾ ਕੁਝ ਵੀ ਨਹੀਂ ਸੀ ਸੌਖਾ ਜਦੋਂ ਪੜ੍ਹਾਈਆਂ ਕਰਦੇ ਸੀ ਸਾਡੇ ਯਾਰਾਂ ਨੂੰ ਪਤਾ ਸੀ ਕਿ ਅਸੀਂ ਲਾਇਬ੍ਰੇਰੀ ਪੜ੍ਹਦੇ ਸੀ ਫਿਰ ਰਹਿ ਜਾਂਦੇ ਸੀ ਕੁਝ ਦੋਸਤ ਜਾਣ ਤੋਂ ਪਿਆਰੇ ਮਗਰ ਮੁਗਰ ਜਾਏ ਜਦੋਂ ਸਾਰਿਆਂ ਚੋਂ ਇੱਕ ਜਣਾ ਟੌਪ ਕਰਦਾ ਹੁੰਦਾ ਸੀ ਕਹਿੰਦਾ ਸੌ ਤੇਰੀ ਲੱਗੇ ਵੀਰੇ ਜਾਣੇ ਉਦੋਂ ਨਰਪੈ ਸਰ ਜੀ ਕੋਲੇ ਥੀਏਟਰ ਕਰਦਾ ਹੁੰਦਾ ਸੀ ਕਹਿੰਦਾ ਪੈਸੇ ਪੂਸੇ ਵਾਲੀ ਹੁਣ ਆਪਾਂ ਗੱਲ ਨੀ ਰੱਖੀ ਭੈਣ ਜੀ ਪੈਸੇ ਪੂਸੇ ਵਾਲੀ ਹੁਣ ਆਪਾਂ ਗੱਲ ਨਹੀਂ ਰੱਖੀ ਜਿਹੜੀ ਸੋਨੂੰ ਗੱਲ ਦੱਸੀ ਦਰਸ਼ਨ ਨੇ ਕੱਲ ਦੱਸੀ ਸੱਚੀ ਇੱਕ ਨੀ ਦੋ ਤਿੰਨ ਚਾਰ ਪੰਜ ਛੇਵੀਂ ਐਵੇਂ ਸਰ ਕੋਲੇ ਕਰਦਾ ਹੁੰਦਾ ਸੀ ਦਸੋ ਤੇਰੀ ਲੱਗੇ ਮੇਰੇ ਜਾਣ ਦੇ ਉਦੋਂ ਭੈ ਸਰ ਜੀ ਕੋਲੇ ਥੀਏਟਰ ਕਰਦਾ ਹੁੰਦਾ ਸੀ ਕਹਿੰਦਾ ਵੀ ਵਕਤ ਹੈ ਕਿਸੇ ਹਾਲ ਹੀ ਸਹੀ ਗੁਜ਼ਰ ਜਾਵੇਗਾ ਵਕਤ ਹੈ ਕਿਸੇ ਹਾਲ ਹੀ ਸਹੀ ਗੁਜ਼ਰ ਜਾਵੇਗਾ ਇਹ ਤਾਂ ਨਹੀਂ ਕਿ ਮਨ ਮੇਰਾ ਠਹਿਰ ਜਾਵੇਗਾ ਚਲੋ ਤੁਰ ਜਾਣ ਤੋਂ ਪਹਿਲਾਂ ਕੁਝ ਸਮੇਟ ਲਈਏ ਦੋਸਤੋ ਥੀਏਟਰ ਦੀਆਂ ਯਾਦਾਂ ਦਰਦ ਅਣ ਜੰਮੀਆਂ ਧੀਆਂ ਦੇ ਨਰਪੈ ਸਰ ਜੀ ਪਤਾ ਨੀ ਕਦੋਂ ਕੌਣ ਕਿੱਥੇ ਕਿਵੇਂ ਲਿਖ ਜਾਏਗਾ ਸਰ ਜੀ ਵਕਤ ਹੈ ਕਿਸੇ ਹਾਲ ਹੀ ਸਹੀ ਗੁਜ਼ਰ ਜਾਏਗਾ ਕਹਿੰਦਾ ਇੱਕ ਸਰ ਮੈਂ ਹੋਰ ਆਪਾਂ ਨਵੀਂ ਗੱਲ ਹੁਣੇ ਬਣਾਉਂਦੇ ਹਾਂ ਕੁੱਤਿਆਂ ਦਾ ਭੌਂਕਣਾ ਥੀਏਟਰ ਚ ਆਉਣਾ ਰਾਤ ਨੂੰ ਕਦੇ ਕਦੇ ਕੁੱਟ ਸੁੱਟ ਲਾਉਣਾ ਘਰ ਵਾਲੀ ਕੋਲੋਂ ਗਾਲਾਂ ਖਾ ਕੇ ਮਲਕ ਦੇ ਨੇ ਸੌ ਜਾਣਾ ਜਦ ਘਰ ਵਾਲੀ ਨੇ ਸੌਣਾ ਫਿਰ ਕੁੱਟ ਲਾ ਜਾਣਾ ਇਹੋ ਜਿਹੀ ਐਕਟਿੰਗ ਦੇ ਮੈਂ ਰਾਜ ਖੋਲਦਾ ਹਾਂ ਮੈਂ ਦਰਸ਼ਨ ਸਿੰਘ ਨੇੜੇ ਜਾਂ ਬਿਨਸਟਿਟਾ ਰਾਜੀਵ ਓਪਨ ਥੀਏਟਰ ਤੋਂ ਸਰਦਾਰ ਬੋਲਦਾ ਹਾਂ ਮਿੱਤਰ ਰਵੇ ਤੇਰੇ ਥੀਏਟਰ ਵਿੱਚ ਮੈਂ ਕਿਹਾ ਫਕਰਾਂ ਦਾ ਨਿੱਕਾ ਜਿਹਾ ਟਿਕਾਣਾ ਹੈ ਸ਼ਬਦਾਂ ਦੇ ਅੱਖਰਾਂ ਨੂੰ ਲਿਖ ਵਾਕਾਂ ਚ ਮੈਂ ਫਿਰ ਤੁਰ ਜਾਣਾ ਮਿੱਤਰ ਰਵੇ ਤੇਰੇ ਥੀਏਟਰ ਵਿੱਚ ਪੱਗ ਚ ਤੂੰ ਨਾਭੀ ਬੰਨਦਾ ਲੱਗੇ ਜਾਣ ਤੋਂ ਸੱਚੀ ਤੂੰ ਪਿਆਰਾ ਚਿੱਟੀ ਜਦੋਂ ਸਲਟ ਪਾਵੇ ਸਾਡਾ ਨਰਪੈ ਸਰਦਾਰੇ ਕੁੜੇ ਯਾਰ ਸੱਚੀ ਗੱਲ ਸੱਚ ਹੈ ਹੁੰਦੀ ਸੱਚੀ ਕਰਕੇ ਵੇ ਅਸੀਂ ਨਹੀਂ ਦਿਖਾਣਾ ਮਿੱਤਰ ਰਵੇ।